ਸਤਿ ਸ਼੍ਰੀ ਅਕਾਲ ਜੀ, ਮੈਂ ਰੌਣਕ ਵਰਮਾ ਲੈ ਕੇ ਹਾਜ਼ਰ ਹਾਂ ਸ਼ਹਿਰ ਬੁਢਲਾ ਅੱਡਾ ਦੇ ਵਿੱਚ ਇਸ ਕੱਤਕ ਦੇ ਮਹੀਨੇ ਦਾ ਦੀਪਕ ਦਾਨ। ਸੋ ਆਓ ਅੱਜ ਆਪਾਂ ਤੁਹਾਨੂੰ ਇਸ ਕੱਤਕ ਦੇ ਮਹੀਨੇ ਦੇ ਦੀਪਕ ਦਾਨ ਦੇ ਦਰਸ਼ਨ ਕਰਵਾਈਏ। राधे 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 जपो चले आएंगे बिहारी, राधे राधे जपो चले आएंगे बिहारी, राधे राधे रटो चले आएंगे बिहारी, राधे राधे रटो चले आएंगे बिहारी, आएंगे बिहारी 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 चले आएंगे बिहारी, राधे 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 रटो चले आएंगे बिहारी। सो आओ हुण अपने नाल खड़े ने आंटी जी, आपां इन्हां तों जानण दी कोशिश करांगे भी इह दीपक दान किस लई कीता जांदा गा। सत श्री अकाल आंटी जी। सत श्री अकाल आंटी, असीं तुहाडे तों जानना चाहुंदे आ कि इह दीपक दान तुसीं किस लई कर रहे हो। असीं इह कत्तक दे महीने दी पूर्णमासी तों स्टार्ट हुंदा है, असीं उस तों बाद पूरा एक महीना कत्तक दे महीने दी कथा सुणदे आ, फिर जदों कत्तक दी लास्ट पूर्णमासी आउंदी आ फिर असीं उदों दीपक दान करन वास्ते विसर्जन करन वास्ते इहनां दा असीं नहरां दे चलदे पाणी विच इहनूं पीड़दे आ। सच्चे मन दे नाल परमात्मा कोलों जो भी मंगे ओह सारी मनोकामना पूर्ण हुंदी है। वाह जी वाह, क्या बात है आंटी, इन्हें बहुत वधिया दस्सिया कि सच्चे मन नाल आपां जो भी मनोकामना करदे आ कि ओह हमेशा पूरी हुंदी है, ते आपां चाहुंदे आ कि आंटी दी भी मनोकामना पूरी होवे, ते जो भी इत्थे दीपक दान कर रहे ने उहनां सारे आंटियां दी मनोकामनावां पूरियां। पूजा पाठ करिए भक्ति च कोई राणी वड्डी राणी कहिंदी राजे राजा बड़ा खुश सीगा जदो 9 महीने पूरे होने वाले हो गए, ते उत्थे ना जिथे जी राणी छोटी रखी हुई सी बिठाई हुई सी उत्थे एक बिलुंगड़ी ने बिल्ली ने बिलुंगड़ी नू जन्म दिता। ਵੱਡੀ ਰਾਣੀ ਕਹਿੰਦੀ ਹੈ ਕਹਿੰਦੀ ਭਾਈ ਆਪਣੇ ਤਾਂ ਵੀ ਕੁੜੀ ਨੇ ਜਨਮ ਦਿੱਤਾ ਹੈਗਾ ਤੇ ਰਾਜਾ ਬੜਾ ਖੁਸ਼ ਹੋਇਆ, ਢੋਲ ਨਗਾਰੇ ਵਜਾ ਤੇ ਸਾਰਾ ਕੁਛ ਕਰਿਆ ਕਰਾਇਆ ਉਹਨਾਂ ਨੇ ਐਵੇਂ ਜੇ ਕਰਦਿਆਂ ਕਰਾਉਂਦੇ ਉਹ ਹੈਗੀ ਤਾਂ ਬਲੂੰਗੜੀ ਸੀਗੀ ਤੇ ਉਹਨਾਂ ਨੂੰ ਆਏ ਸੀਗਾ ਵੀ ਕੁੜੀ ਹੋਈ ਵੀ ਹੈ, ਤੇ ਰਾਜਾ ਬੜਾ ਖੁਸ਼ ਸੀਗਾ ਜਦੋਂ ਉਹ ਵੱਡੀ ਹੋ ਗਈ ਕਹਿੰਦੇ ਵੀ ਮੈਨੂੰ ਦਿਖਾ ਦਿਓ, ਤੇ ਵੱਡੀ ਰਾਣੀ ਕਹਿੰਦੀ ਨਾ ਵੀ ਅਜੇ ਨਹੀਂ ਦਿਖਾਉਣੀ ਹੈਗੀ ਅਜੇ ਤਾਂ ਤੁਹਾਨੂੰ ਬਹੁਤ ਕਰੜੀ ਹੈਗੀ ਆ, ਐਂ ਛੋਟੀ ਸੀਗੀ ਫਿਰ ਵੱਡੀ ਹੁੰਦੀ ਗਈ ਉਵੇਂ ਉਵੇਂ ਰਾਜਾ ਕਹੀ ਗਈ ਤੇ ਰਾਣੀ ਐਂ ਕਹੀ ਗਈ ਵੀ
ਤੇ ਅਜੇ ਵੀ ਤੁਹਾਨੂੰ ਕਰ ਰਹੀ ਹੈਗੀ ਆ ਵੀ ਅਜੇ ਨਹੀਂ ਦਿਖਾਉਣੀ ਆ, ਇੰਨੇ ਤੇ 12 ਸਾਲ ਦੀ ਹੋਣ ਵਾਲੀ ਹੋ ਗਈ। ਰਾਜਾ ਕਹਿੰਦਾ ਵੀ ਹੁਣ ਤਾਂ ਕੁੜੀ ਜਵਾਨ ਹੋ ਗਈ ਵੀ ਵਿਆਹਣ ਵਾਲੀ, ਮੈਨੂੰ ਤਾਂ ਹੁਣ ਦਿਖਾ ਦਿਓ। ਕਹਿੰਦੇ ਨਾ, ਕਹਿੰਦੇ ਵੀ ਰਾਜਾ ਜਦੋਂ ਜੀ ਵੀ ਇਹਦੇ ਫੇਰੇ ਨਹੀਂ ਹੋਏ ਉਦੋਂ ਤੱਕ ਨਹੀਂ ਦਿਖਾਉਂਦੇ ਹੈਗੇ ਨਾ, ਚਲੇ ਜਾਂਦੇ 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 ਤਾਂ ਇੱਕ ਲੱਕੜਹਾਰਾ ਸੀ, ਬੜਾ ਸੋਹਣਾ ਮੁੰਡਾ ਸੀ, ਉਹ ਲੱਕੜਾਂ ਕੱਟੀ ਜਾਂਦਾ ਸੀਗਾ। ਤੇ ਮਾਂ ਤੇ ਧੀ ਸੀਗੀਆਂ, ਉਹ ਬਹੁਤ ਗਰੀਬ ਸੀਗੇ, ਉਹ ਸੁੰਦਰ ਬਹੁਤ ਸੀਗਾ ਮੁੰਡਾ ਜਿਹੜਾ ਸੀਗਾ, ਹੈ ਗਰੀਬ ਸੀਗਾ ਭਾਈ। ਫਿਰ ਉਹਦੇ ਨਾਲ ਕਿਹਾ ਕਰਿਆ, ਉਹਨੂੰ ਲੈ ਆਏ, ਉਹਨਾਂ ਨਾਲ ਗੱਲਬਾਤ ਕੀਤੀ ਆ। ਜਦੋਂ ਉਹ ਰਾਣੀ ਨਬਲ ਰਾਜੇ ਨੇ ਉਹਦੇ ਨਾਲ ਗੱਲ ਕਰ ਲਈ, ਐਂ ਕਰਕੇ ਵਿਆਹੁਣ ਕਰਨ ਦੀ ਸਾਰੀ ਗੱਲਬਾਤ। ਅਤੇ ਉਹ ਕਹਿੰਦੇ ਵੀ ਰਾਣੀ ਨੇ ਫਿਰ ਆਪਣੇ ਉਹਨੂੰ ਜਮਾਈ ਨੂੰ ਹੀ ਬੁਲਾ ਲਿਆ ਵੀ ਦੇਖ ਗੱਲ ਸੁਣ ਇੱਕ, ਵੀ ਇਹ ਤਾਂ ਤੇ ਉਹ ਵੀ ਸਾਡੀ ਲਾਜ ਰੱਖਣ ਵਾਸਤੇ ਵੀ ਐਂ ਕਰਕੇ, ਉਹਦਾ ਜਿਹੜਾ ਤੇਰਾ ਵਿਆਹ ਕਰਾਂਗੇ ਉਹ ਕੁੜੀ ਨਹੀਂ ਹੈਗੀ, ਉਹ ਬਿੱਲੀ ਆ, ਅੱਜ ਤੇਰੇ ਹੱਥ ਇੱਜ਼ਤ ਹੈਗੀ ਆ, ਚਾਹੇ ਤੂੰ ਵੀ ਸਾਨੂੰ ਰੋਲ ਦੇ ਚਾਹੇ ਤੂੰ ਉਹ ਕਰ ਲੈਗੀ। ਅਤੇ ਉਹ ਵੀ ਵਿਚਾਰਾ ਭੋਲਾ ਭਗਤ ਸੀਗਾ, ਉਹ ਵੀ ਮੰਨ ਗਿਆ ਅਤੇ ਉਵੇਂ ਤਾਂ ਚਲੇ ਗਿਆ, ਉਵੇਂ ਜੇ ਕਿ ਉਹਨਾਂ ਦਾ ਵਿਆਹ ਕਢਾ ਲਿਆ ਸਾਹਿਬ ਕੋਈ ਰਾਜੇ ਨੇ ਵਿਆਹ ਰਚਾ, ਜਿਨ੍ਹਾਂ ਦੇ ਵਿਆਹ ਨਹੀਂ ਹੋਏ ਨਾ ਉਹ ਸੋਚੀ ਸੀਗਾ ਵੀ ਹਾਂ ਸਾਡਾ ਅਗਲੇ ਸਾਲ ਨੂੰ ਸਾਡਾ ਵਿਆਹ ਹੋ ਜਾਏ। ਹਾਂ ਐਂ ਸੋਚ ਲਾ ਹੁਣ ਤੂੰ ਬਹਿ ਕੇ ਇੱਥੇ, ਹਾਂ ਤੂੰ ਵੀ ਸੁਣਾਉਂਗੇ ਸਭ ਕੁਛ ਬਣਦਾ, ਮੇਰੇ ਨਾਲ ਬੀਤੀ ਮੈਂ ਤੁਹਾਨੂੰ ਸੁਣਾਉਂਗੀ ਵੀ ਸਾਰੀ ਗੱਲ। ਤੇ ਉਹ ਭਾਈ ਜਦੋਂ ਉਹ ਆ ਗਈ ਜੰਨ ਬਰਾਤ ਆ ਗਈ, ਉਹ ਰਾਜਾ ਕਹਿੰਦਾ ਵੀ ਹੁਣ ਤਾਂ ਦਿਖਾ ਦੋ। ਕਹਿੰਦੇ ਨਾ ਰਾਜਾ, ਕਹਿੰਦੇ ਅਜੇ ਤਾਂ ਵੀ ਫੇਰੇ ਨੀ ਹੋਏ, ਫੇਰਿਆਂ ਤੋਂ ਬਾਅਦ ਉਵੇਂ ਜੇ ਕਟਾਲੀ ਟੱਪੀ ਗਈ। ਉਧਰ ਉਹ ਆਪਦੀ ਮਾਂ ਤੇ ਭੈਣ ਨੂੰ ਕਹੀ ਗਿਆ, ਉਹ ਕਹਿੰਦੀ ਵੀ ਮੈਂ ਨੂੰਹ ਦੇਖਣੀ ਹੈਗੀ ਆ, ਕਹਿੰਦੀ ਮਾਂ ਤੈਨੂੰ ਬਹੁਤ ਕਰ ਰਹੀ ਆ ਵੀ ਅਜੇ ਨੀ ਦਿਖਾਉਣੀ ਹੈਗੀ ਆ, ਭੈਣਾਂ ਨੂੰ ਵੀ ਚਾਹ ਹੁੰਦਾ ਵੀ ਭਾਬੀ ਦੇ ਗਈ ਏ। ਕਹਿੰਦੇ ਨਾ ਭਾਈ ਅਜੇ ਤਾਂ ਬੜੀ ਕਰ ਰਹੀ ਆ ਵੀ ਤੁਹਾਨੂੰ ਦਿਖਾਉਣੀ ਹੈਗੀ। ਐਵੇਂ ਜੇ ਕਰਦਿਆਂ ਕਰਾਉਂਦੇ ਨੇ ਭਾਈ, ਫੇਰੇ ਵੀ ਹੋ ਗਏ, ਸਾਰਾ ਕੁਛ ਹੋ ਗਿਆ, ਵਿਦਾਈ ਦਾ ਟਾਈਮ ਆ ਗਿਆ, ਕਹਿੰਦੇ ਹੁਣ ਤਾਂ ਫੇਰੇ ਹੋ ਗਏ, ਹੁਣ ਦਿਖਾ ਦੋ। ਕਹਿੰਦੇ ਨਾ ਜੀ, ਹੁਣ ਤਾਂ ਜਦੋਂ ਮੁਕਲਾਵੇ ਆਊਗੀ ਫੇਰ ਦਿਖਾਵਾਂਗੇ। ਤੇ ਐਵੇਂ ਜੇ ਸਾਰਾ ਕੁਛ ਹੋ ਗਿਆ, ਵਿਆਹ ਕੇ ਲੈ ਗਏ, ਜਦੋਂ ਵਿਆਹ ਕੇ ਲੈ ਕੇ ਜਾਂਦੇ ਨੇ ਤਾਂ ਉਹ ਵਿਚਾਰੇ ਛੋਟੇ ਜਿਹੇ ਘਰ ਸੀ ਉਹਨਾਂ ਦਾ, ਗਰੀਬ ਸੀਗੇ, ਮਾਵਾਂ ਤੇ ਵੀ ਆ, ਲੋਕਾਂ ਦੇ ਘਰ ਕੰਮ ਕਰਦੀਆਂ ਸੀ, ਭਾਂਡੇ ਮਾਂਜਦੀਆਂ ਸੀ, ਉਹ ਲੱਕੜ ਚ ਕੱਟਦਾ ਸੀਗਾ। ਉਹਨੇ ਕੀ ਕਰਿਆ, ਉਹ ਡੋਲੀ ਜਿਹੜੀ ਛੋਟੀ ਜਿਹੀ ਸੀ ਉਹ ਲੈ ਕੇ ਆਪਦੇ ਕੋਠੇ ਤੇ ਚਲਾ ਗਿਆ, ਉੱਥੇ ਛੋਟਾ ਜਿਹਾ ਕੋਠੜਾ ਬਣਾ ਤਾ ਵਿਚਾਰੇ ਨੇ, ਤੇ ਉੱਥੇ ਬਿਠਾਤੀ ਉਹ। ਤੇ ਉਹ ਰੋਜ਼ ਮਾਵਾਂ ਧੀਆਂ ਲੋਕਾਂ ਦਾ ਕੰਮ ਕਰਨ ਚਲੀਆਂ ਜਾਂਦੀਆਂ ਸੀਗੀਆਂ, ਜਿਹੜੇ ਉਹਨੂੰ ਦੁੱਧ ਦਿੰਦੀਆਂ ਸੀ, ਰੋਟੀ ਦਿੰਦੀਆਂ ਸੀ, ਉਹ ਕੋਠੇ ਚੂਰੀ ਕੁੱਟ ਕੇ ਉਹਨੂੰ ਬੁਲਬੁੜੀ ਨੂੰ ਪਾ ਦਿੰਦੀਆਂ ਹੁੰਦੀਆਂ ਸੀਗੀਆਂ। ਅਤੇ ਭਾਈ ਉਹ ਜਦੋਂ ਉਹ ਮੁੰਡਾ ਆਪਣੀਆਂ ਲੱਕੜਾਂ ਕੱਟਣ ਚਲਾ ਜਾਂਦਾ ਹੁੰਦਾ ਸੀਗਾ, ਅਤੇ ਐਂ ਵੀ ਜੇ ਕਰਦੇ ਕਰਾਉਂਦੇ ਨੇ ਕਈ ਸਾਲਾਂ ਮਗਰ ਜਿਹੜੇ ਮੁਕਲਾਵਾ ਦਿੰਦੇ ਹੈਗੇ ਨੇ, 12 ਸਾਲ ਬਾਅਦ ਹੁੰਦਾ ਮੁਕਲਾਵਾ, ਫਿਰ ਉਹੀ ਟਾਈਮ ਆ ਗਿਆ ਮੁਕਲਾਵੇ ਵਾਲੀ ਗੱਲ ਆ ਗਈ। ਅਤੇ ਉੱਥੋਂ ਜਦੋਂ ਉਹ ਚੱਲੀਆਂ ਜਾਂਦੀਆਂ ਸੀ ਮਾਵਾਂ ਧੀਆਂ ਪਿੱਛੋਂ, ਬਲੂੰਗੜੀ ਜਿਹੜੀ ਸੀਗੀ ਉਹ ਬਾਹਰ ਨਿਕਲ ਕੇ ਭਾਂਡੇ ਇਕੱਠੇ ਕਰ ਦਿੰਦੀ ਸੀ, ਸੋਤਦੀ ਸੀ, ਸੁੰਬਰਦੀ ਸੀਗੀ। ਅਤੇ ਸ਼ਿਵ ਗੌਰਾਂ ਜਾਂਦੇ ਸੀਗੇ ਰਸਤੇ ਵਿੱਚ, ਅਤੇ ਇੱਕ ਦਿਨ ਗੌਰਾਂ ਨੂੰ ਬਹੁਤ ਵੀ ਤਰਸ ਆਇਆ, ਕਹਿੰਦੇ ਮਹਾਰਾਜ ਜੀ ਤੁਸੀਂ ਸਭ ਦੇ ਕਸ਼ਟ ਕੱਟਦੇ, ਆਹ ਦੇਖੋ ਵੀ ਬਲੂੰਗੜੀ ਜਿਹੜੀ ਆ ਵੀ ਪੈਰਾਂ ਨਾਲ ਕੰਮ ਕਰਦੀ ਹੈ, ਪੂੰਛ ਨਾਲ ਝਾੜੂ ਲਾਉਂਦੀ ਹੈ, ਵੀ ਤੁਸੀਂ ਇਹਦੇ ਵੀ ਕਸ਼ਟ ਵੀ ਉਹ ਕਰੋ। ਅਤੇ ਫਿਰ ਇੱਕ ਦਿਨ ਸ਼ਿਵ ਭੋਲੇ ਨੂੰ ਫਿਰ ਤਰਸ ਆ ਗਿਆ ਉਹਨਾਂ 'ਤੇ, ਜਾਂਦੇ ਸੀਗੇ ਅਤੇ ਉਹ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਸਵੇਰੇ ਸਵੇਰੇ। ਉਹ ਭਾਈ ਜਦੋਂ ਉਹ ਸੁੰਬਰੀ ਜਾਂਦੀ ਸੀ ਅਤੇ ਸ਼ਿਵ ਪਾਰਵਤੀ ਚਲੇ ਗਏ ਉਹਨਾਂ ਦੇ ਅੰਦਰ, ਅਤੇ ਉਹ ਉੱਥੇ ਬੈਠੇ ਨੇ, ਉਹਨੇ ਪੀੜਾ ਦੇ ਤਾ ਜਿਹੜਾ ਉਹਨੂੰ ਵਿਚਾਰੀ ਨੂੰ ਮਿਲਦਾ ਸੀਗਾ। ਅਤੇ ਸ਼ਿਵ ਜੀ ਨਾਲ ਵੀ ਉਹ ਪ੍ਰਤੀਕਸ਼ਾ ਲੈਂਦੇ ਸੀਗੇ, ਕਹਿੰਦੇ ਭਾਈ ਪਾਣੀ ਪੀਣਾ, ਪਾਣੀ ਦੀ ਬਜਾਏ ਜਿਹੜਾ ਦੁੱਧ ਰੱਖਿਆ ਸੀ ਉਹ ਦੋ ਪੈਰਾਂ ਨਾਲ ਚੱਕ ਕੇ ਦੁੱਧ ਲੈ ਆਈ ਤਾਂ ਗੌਰਾਂ ਕਹਿੰਦੀ ਹੈ ਅਤੇ ਵੀ ਦੇਖਿਓ ਤੁਸੀਂ ਪਾਣੀ ਮੰਗਿਆ ਤਾਂ ਤੁਹਾਨੂੰ ਦੁੱਧ ਦਿੱਤਾ ਹੈਗਾ, ਵੀ ਇਹਦਾ ਵੀ ਦੁੱਖ ਨਿਵਾਰਨ ਕਰੋ ਵੀ ਇਹਦਾ ਵੀ ਕੁਛ। ਅਤੇ ਉਸੇ ਵੇਲੇ ਜਦੋਂ ਵੀ ਸ਼ਿਵ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਤਾਂ ਉਹ ਬੜੀ ਸੁੰਦਰ ਬਹੂ ਬਣ ਗਈ। ਅਤੇ ਉਹਨਾਂ ਨੇ ਆਪ ਫਿਰ ਉਹ ਸ਼ਿਵ ਪਾਰਵਤੀ ਆਪਣੇ ਚਲੇ ਗਏ, ਆਪਣੇ ਇਸ਼ਨਾਨ ਕਰਨ ਚਲੇ ਗਏ, ਉਹ ਮਾਵਾਂ ਧੀਆਂ ਆਈਆਂ ਅਤੇ ਮਾਵਾਂ ਧੀਆਂ ਆਈਆਂ ਉਹ ਆਪਦੇ ਕੰਮ ਲੱਗੀ। ਜਦੋਂ ਉੱਪਰ ਜਾਵੇ ਤਾਂ ਉਹ ਕਿਹੜੀ ਝੌਂਪੜੀ 'ਚ ਵੜਦੀ ਸੀ ਕਿ ਉਹ ਛੋਟਾ ਜਿਹਾ ਬਣਾਇਆ ਹੋਇਆ ਸੀਗਾ। ਅਤੇ ਉਹ ਕੁੜੀ ਮੂਹਰੇ ਮੂਹਰੇ ਭੱਜੀ ਆਉਂਦੀ ਹੈ, ਕਹਿੰਦੀ ਮਾਂ ਮਾਂ ਦੇਖ ਭਾਬੀ ਕਿੱਡੀ ਸੋਹਣੀ, ਤਾਂ ਤਾਂ ਭਾਈ ਦਿਖਾਉਂਦਾ ਨਹੀਂ ਸੀਗਾ ਸਾਨੂੰ, ਐਡੀ ਸੋਹਣੀ ਸੀਗੀ। ਅਤੇ ਉਹ ਜੱਫੀ ਪਾ ਕੇ ਮਿਲੀਆਂ ਕਰੀਆਂ ਨਾ, ਅਤੇ ਉਹ ਵਿਚਾਰੀ ਹੁਣ ਕੀ ਕਹੇ ਵੀ ਮੈਂ ਕੀ ਹੈਗੀ ਕੀ ਨਾ, ਐਵੇਂ ਜੀ ਕਿ ਉਹ ਮੁੰਡਾ ਆ ਗਿਆ ਉਹਦਾ ਘਰ ਵਾਲਾ ਆ ਗਿਆ,
ਤੇ ਉਹ ਕੁੜੀ ਭੱਜ ਕੇ ਫੇਰ ਆਈ, ਜਦੋਂ ਗੇਟ ਮੂਹਰੇ ਆਈ ਜੱਫੀ ਪਾ ਲਈ, ਕਹਿੰਦੇ ਵੀਰੇ ਐਡੀ ਸੋਹਣੀ ਭਾਬੀ ਸੀ ਤੂੰ ਕਿੱਥੇ ਢੋ ਰੱਖੀ ਸੀ, ਸਾਨੂੰ ਦਿਖਾਉਂਦਾ ਨਹੀਂ ਸੀ, ਭਾਬੀ ਬੜੀ ਸੋਹਣੀ ਸੀ ਤਾਂ ਕਰਕੇ ਕਹਿੰਦੇ ਨਾ ਉਹ ਜੀ ਐਂ ਹੋ ਗਿਆ ਵੀ ਆਹ ਕੀ ਹੋ ਗਿਆ ਵੀ ਉਹ ਤਾਂ ਬਲੂੰਗੜੀ ਸੀਗੀ ਵੀ ਭਾਬੀ ਕਿੱਥੋਂ ਆ ਗਈ, ਅਤੇ ਚੱਲ ਵੀ ਉਹ ਬੈਠਿਆ ਕਰਿਆ ਵੀ ਉਹਨੇ ਬਾਂਹ ਫੜੀ ਅਤੇ ਉਹ ਕੋਠੇ 'ਤੇ ਲੈ ਗਿਆ ਵੀ ਕਹਿੰਦੇ ਵੀ ਉਹਨੇ ਪਹਿਲਾਂ ਬਲੂੰਗੜੀ ਦੇਖੀ ਜਾ ਕੇ ਉੱਥੇ ਬਲੂੰਗੜੀ ਨਾ, ਫਿਰ ਉਹਨੂੰ ਬਾਂਹ ਫੜ ਕੇ ਬਿਠਾ ਲਿਆ ਕਹਿੰਦੇ ਦੱਸ ਤੂੰ ਹੈ ਕੌਣ, ਫਿਰ ਉਹਨੇ ਬਿੱਲੀ ਨਾਲ ਸਾਰੀ ਗੱਲਬਾਤ ਦੱਸੀ ਹੈ, ਕਹਿੰਦੀ ਵੀ ਐਵੇਂ ਜੀ ਕਵੀ ਵੀ ਸਿੱਖ ਗੌੜਾ ਜਾਂਦੇ ਹੁੰਦੇ ਸੀਗੇ, ਰੋਜ਼ ਮੈਨੂੰ ਦੇਖਦੇ ਹੁੰਦੇ ਸੀ, ਉਹਨਾਂ ਤੋਂ ਉਹਨਾਂ ਨੂੰ ਤਾਰਸ ਆਈ ਅਤੇ ਵੀ ਮੈਂ ਬਲੂੰਗੜੀ ਦੀ ਹੁਣ ਵੀ ਮੈਂ ਕੁੜੀ ਬਣ ਗਈ, ਉਹ ਬੜਾ ਖੁਸ਼ ਹੋਇਆ, ਉਹ ਖੁਸ਼ ਹੋਇਆ ਅਤੇ ਫਿਰ ਉਹਨੇ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਰਾਜੇ ਨੂੰ ਸੁਨੇਹਾ ਲਾ ਤਾ ਵੀ ਹੁਣ ਮੁਕਲਾਵੇ ਦਾ ਟਾਈਮ ਆ ਗਿਆ, ਉਹ ਫਿਰ ਵੀ ਉਹਨੇ ਸੁਨੇਹਾ ਲਾ ਤਾ ਅਤੇ ਰਾਜਾ ਫਿਰ ਢੋਲ ਨਗਾਰੇ ਵਜਾਉਣ ਲੱਗ ਗਿਆ ਵੀ ਮੇਰੀ ਧੀ ਆਊਗੀ ਹੁਣ, ਅਤੇ ਉਹ ਰਾਣੀਆਂ ਫਿਰ ਐਂ ਹੋ ਗਈਆਂ ਵੀ ਕੀ ਪਤਾ ਹੁਣ ਕੀ ਬਣੂਗਾ ਕੀ ਨਾ ਆਪਣੇ ਨਾਲ, ਉਹ ਆਪਦੀ ਭਈ ਪੂਜਾ ਭਗਤੀ 'ਚ ਲੱਗੀਆਂ ਰਹੀਆਂ ਕਰਦੀਆਂ ਕਮਾਉਂਦੀਆਂ ਰਹੀਆਂ, ਜਿਹੜਾ ਵੀ ਉਹਨਾਂ ਦੇ ਉਪਚ ਉਹਨਾਂ ਨੇ ਉਹ ਭਗਵਾਨ 'ਤੇ ਸਿੱਟਤੀ ਗੱਲ ਵੀ ਹੁਣ ਤੂੰ ਹੀ ਇਲਾਜ ਰੱਖਣ ਨਾਲ, ਜਦੋਂ ਭਈ ਉਹ ਮੁੰਡਾ ਅਤੇ ਬਹੂ ਗਏ ਨਾ ਅਤੇ ਬੜੀਆਂ ਖੁਸ਼ੀਆਂ ਮਨਾਈਆਂ ਮਿਲੀਆਂ ਕਰੀਆਂ ਅਤੇ ਸਾਰੀ ਗੱਲਬਾਤ ਹੋਈ ਉਹਨਾਂ ਦੀ, ਅਤੇ ਫਿਰ ਉਹ ਰਾਣੀ ਨੇ ਉਹਨੂੰ ਪ੍ਰਾਹੁਣੇ ਨੂੰ ਪੁੱਛਿਆ ਵੀ ਉਹ ਫਿਰ ਜਿਹੜਾ ਮੁੰਡਾ ਸੀਗਾ ਉਹਨੇ ਕਹਿਤਾ ਵੀ ਤੁਹਾਡੀਆਂ ਮਨੋਕਾਮਨਾ ਸਾਰੀਆਂ ਪੂਰੀਆਂ ਹੋ ਗਈਆਂ, ਜਿਹੜੀ ਵੀ ਤੁਸੀਂ ਬਲੂੰਗੜੀ ਦਿੱਤੀ ਸੀ ਉਹ ਵੀ ਉਹਦੀ ਕੁੜੀ ਬਣ ਗਈ, ਕੁੜੀ ਬਣ ਗਈ ਆ, ਬਹੂ ਆ ਗਈ ਆ ਤੁਹਾਡੀ ਧੀ ਆ, ਅਤੇ ਵੀ ਸਾਰੇ ਰਾਜਪਾਠ ਉਹਨਾਂ ਨੂੰ ਦੇਤਾ ਜਿਹਨੇ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੀਆਂ, ਸਭ ਦੀਆਂ ਕਰੀਆਂ, ਜਿਹਨਾਂ ਦੇ ਘਰੇ ਨੂੰਹਾਂ ਨਹੀਂ ਹੈਗੀਆਂ ਨੂੰਹਾਂ ਆਣ, ਜਿਹਨਾਂ ਦੇ ਘਰੇ ਜਮਾਈ ਨਹੀਂ ਹੈਗੇ ਜਮਾਈ ਆ, ਉਹਨੇ ਇਹਨਾਂ ਦੇ ਵਿਆਹ ਹੋ ਜਾਣਾ, ਜੈ ਕਰਾ ਭੋਲੇ ਨਾਥ, ਬਹੁਤ ਜੈ ਕਰਾ ਨਾਲ ਹੀ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।